ਭਾਈ ਬੰਦਨਾ ਬੰਧਨ ਕਰਨ ਦੇ ਯੋਗ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਤੋਂ ਉੱਤੇ ਕੋਈ ਹੋਰ ਬੰਦਨਾ ਕਰਨ ਦੇ ਯੋਗ ਨਹੀਂ, ਭਾਵ ਹੱਥ ਜੋੜ ਕੇ ਉਹਦੇ ਅੱਗੇ ਨਮਸਕਾਰ ਕਰਨੀ। ਦੋਨੋਂ ਹੱਥਾਂ ਨਾਲ ਇਸ ਤਰ੍ਹਾਂ ਹੱਥ ਜੋੜ ਕੇ ਨਮਸਕਾਰ ਕਰਨੀ, ਫਿਰ ਮੱਥਾ ਟੇਕਣਾ। ਇਹ ਬੰਦਗੀ ਦਾ ਸਭ ਤੋਂ ਵੱਡਾ ਸਾਧਨ ਹੈ। ਫਰੀਦ ਸਾਹਿਬ ਜੀ ਨੇ ਇਹਨੂੰ ਬੰਦਗੀ ਦਾ ਰੁਤਬਾ ਦਿੱਤਾ। ਜਿਹੜਾ ਆਪਣੇ ਇਸ਼ਟ ਅੱਗੇ, ਸਤਿਗੁਰੂ ਅੱਗੇ ਹੱਥ ਜੋੜ ਕੇ ਸੇਵਾ ਵਿੱਚ ਹਾਜ਼ਰ ਰਹਿਣਾ, ਹੱਥ ਜੋੜ ਕੇ ਸਿਰ ਝੁਕਾ ਕੇ ਰੱਖਣਾ, ਕਿਉਂਕਿ ਬਾਬਾ ਫਰੀਦ ਜੀ ਨੇ ਬੜਾ ਸੁੰਦਰ ਸ਼ਬਦ ਉਚਾਰਿਆ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਮਹਾਰਾਜ, ਮੈਂ ਇੱਕੋ ਦਾਤ ਮੰਗਦਾ ਕਿ ਮੇਰਾ ਸਿਰ ਤੁਹਾਡੇ ਚਰਨਾਂ ਵਿੱਚ ਝੁਕਿਆ ਰਹੇ ਅਤੇ ਮੇਰੇ ਹੱਥ ਤੁਹਾਡੀ ਹਜ਼ੂਰੀ ਵਿੱਚ ਹਮੇਸ਼ਾ ਜੁੜੇ ਰਹਿਣ। ਇਹ ਦੋ ਦਾਤਾਂ ਉਹਨਾਂ ਨੇ ਪਰਮੇਸ਼ਰ ਕੋਲੋਂ ਮੰਗ ਕੇ ਫਿਰ ਆਖਿਆ ਸੀ ਕਿ ਮੇਰੀ ਝੋਲੀ 'ਚ ਬੰਦਗੀ ਦੀ ਖੈਰ ਪਾ ਦਿਓ। ਬੰਦਾ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹਿ। ਕਹਿ ਬੰਦੇ ਤੂੰ ਬੰਦਾ, ਸੰਸਾਰ ਦੇ ਵਿੱਚ ਮਨੁੱਖਾ ਜਨਮ ਧਾਰ ਕੇ ਆਇਆ, ਬੰਦਾ ਤਾਂ ਹੀ ਹੈ ਜੇ ਤੂੰ ਰੱਬ ਦੀ ਬੰਦਗੀ ਕਰਨਾ। ਰੱਬ ਦੇ ਅੱਗੇ ਹੱਥ ਜੋੜਦਾ, ਪਰਮੇਸ਼ਰ ਦੇ, ਗੁਰੂ ਦੇ ਅੱਗੇ। ਜਿਹੜਾ ਭਾਈ ਗੁਰੂ ਦੇ ਅੱਗੇ ਹੱਥ ਜੋੜਦਾ, ਪਰਮੇਸ਼ਰ ਦੇ ਅੱਗੇ ਹੱਥ ਜੋੜਦਾ, ਗੁਰਮੁਖਾਂ ਗੁਰਸਿੱਖਾਂ ਦੇ ਸਨਮਾਨ ਹਿੱਤ ਉਹਨਾਂ ਅੱਗੇ ਵੀ ਹੱਥ ਜੋੜ ਕੇ ਝੁੱਕੇ ਉਹਨਾਂ ਨੂੰ ਫਤਿਹ ਬੁਲਾਉਂਦਾ, ਨਮਸਕਾਰ ਕਰਦਾ, ਪਰਮੇਸ਼ਰ ਉਸ ਦੇ ਹੱਥਾਂ ਨੂੰ ਕਿਸੇ ਹੋਰ ਅੱਗੇ ਝੁਕਣ ਨਹੀਂ ਦਿੰਦਾ, ਹੋਰਾਂ ਦਰਿਆਵੀ ਬੰਦਿਆਂ ਦੇ ਅੱਗੇ ਹੱਥ ਜੁੜਨ ਨਹੀਂ ਦਿੰਦਾ। ਇਹ ਸਮਰੱਥ ਗੁਰੂ ਦੀ ਕਰਾਮਾਤ ਹੈ, ਬਖਸ਼ਿਸ਼ ਹੈ। ਅਰਦਾਸ ਕਰੀਏ ਕਿ ਮਹਾਰਾਜ, ਇਹ ਹੱਥ ਤੁਹਾਡੇ ਚਰਨਾਂ ਵਿੱਚ ਜੁੜੇ ਰਹਿਣ, ਕਿਸੇ ਹੋਰ ਅੱਗੇ ਅੱਗੇ ਨਾ ਜਾ ਕੇ ਜੁੜਨ। ਇਸ ਕਰਕੇ ਭਾਈ ਮਹਾਰਾਜ ਕਹਿੰਦੇ, ਬੰਦਨਾ ਕਰਨ ਦੇ ਯੋਗ, ਨਮਸਕਾਰ ਕਰਨ ਦੇ ਯੋਗ ਕੌਣ ਹੈ? ਹਰੀ, ਪਰਮੇਸ਼ਰ, ਵਾਹਿਗੁਰੂ, ਅਕਾਲ ਪੁਰਖ। ਉਹਦੇ ਅੱਗੇ ਹੱਥ ਜੋੜ ਕੇ ਉਹਨੂੰ ਬੰਦਨਾ, ਵਾਰ ਵਾਰ ਨਮਸਕਾਰਾਂ ਕਰ, ਮੱਥਾ ਟੇਕ। ਸੀਸ ਨਵਾਇਆ ਗਿਰ ਪੜੈ ਸਭ ਪਾਪਨ ਕੀ ਪੋਟ, ਤਾਤੇ ਸੀਸ ਨਵਾਇਆ ਲੱਗਣ ਜਮ ਕੀ ਚੋਟ। ਫਿਰ ਮਹਾਰਾਜ ਕੀ ਹੋਏਗਾ? ਹਰੀ ਜੋ ਬੰਦਨਾ ਕਰਨ ਦੇ ਯੋਗ, ਪੂਜਨ ਕਰਨ ਦੇ ਯੋਗ, ਨਮਸਕਾਰ ਕਰਨ ਦੇ ਯੋਗ ਹੈ, ਉਹ ਤੈਨੂੰ ਬੰਧਨਾਂ ਵਿੱਚ ਨਹੀਂ ਪੈਣ ਦੇਵੇਗਾ। ਜੰਮਣ ਮਰਨ ਦੇ ਜਿੰਨੇ ਵੀ ਬੰਧਨ ਹੈ, ਕਰਤਾ ਭੁਗਤਾ ਦੇ ਬੰਧਨ ਹੈ, ਜਿੰਨੇ ਵੀ 84 ਲੱਖ ਜੂਨਾਂ ਦੇ ਬੰਧਨ ਹੈ, ਜਮਾਂ ਦੀਆਂ ਬੇਟੀਆਂ ਦੇ ਬੰਧਨ ਹਨ, ਇਹ ਤਾਂ ਪਰਲੋਕ ਵਿੱਚ ਹੈ। ਇੱਥੇ ਦੁੱਖਾਂ ਦੇ ਬੰਧਨ ਨਹੀਂ ਪੈਣ ਦਿੰਦਾ, ਸੰਕਟ ਦੇ ਬੰਧਨ ਨਹੀਂ ਪੈਣ ਦਿੰਦਾ। ਕਾਟੀ ਬੇਰੀ ਪਗਹਿ ਤੇ ਗੁਰਕੀਨੀ ਬੰਦ ਖਲਾਸ। ਏਮਨਾਬਾਦ ਦੇ ਵਿੱਚ 700 ਸਾਧੂ ਕੈਦ ਕਰ ਲਿਆ ਨਾ ਬਾਬਰ ਨੇ, ਜਦੋਂ ਗੁਰੂ ਨਾਨਕ ਸਾਹਿਬ ਨੂੰ ਕੈਦ ਕਰਕੇ ਲੈ ਕੇ ਗਏ। ਸਤਿਗੁਰੂ ਅੱਗੇ ਸਾਰੇ ਸਾਧੂਆਂ ਨੇ ਹੱਥ ਜੋੜੇ, ਫਕੀਰਾਂ ਨੇ ਹੱਥ ਜੋੜੇ, ਮਹਾਰਾਜ ਸਾਡੀ ਸਹਾਇਤਾ ਕਰੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਆਪਣੀ ਕਰਾਮਾਤ ਨਾਲ ਚੱਕੀਆਂ ਚਲਾਈਆਂ ਨਾ, ਅਤੇ ਬਾਬਰ ਨੂੰ ਵੀ ਸਤਿਗੁਰੂ ਜੀ ਅੱਗੇ ਆ ਕੇ ਝੁਕਣਾ ਪਿਆ ਅਤੇ ਬੇਨਤੀ ਕੀਤੀ ਸੇਵਾ। ਕਹਿੰਦੇ ਇਹ ਜਿਹੜੇ ਨਿਰਦੋਸ਼ ਸਾਰੇ ਤੋਂ ਲਿਆ ਕਰਕੇ ਬੰਦੀ ਖਾਨੇ ਵਿੱਚ ਬੰਦ ਕੀਤੇ, ਇਹਨਾਂ ਨੂੰ ਰਿਹਾ ਕਰ, ਇਹਨਾਂ ਦੀਆਂ ਬੇੜੀਆਂ ਖੋਲ, ਇਹਨਾਂ ਦੀਆਂ ਹੱਥਕੜੀਆਂ ਖੋਲ।
ਇਉਂ ਧੰਨ ਗੁਰੂ ਨਾਨਕ ਦੇਵ ਜੀ ਬੰਦੀ ਛੋੜ ਸਤਿਗੁਰੂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ।